ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਅਦਾ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਦੇ ਵਿੱਚ ਆ ਬਦਲੇਗਾ ਮੌਸਮਾ ਸ਼ਬੀਅਤ ਤੇ 27 April ਨੂੰ ਭਾਰੀ ਮੀਂਹ ਸਣੇ ਚੱਲਣ ਗੰਗਾ ਤੇਜ਼ ਹਵਾਵਾਂ yellow alert ਜਾਰੀ ਪੰਜਾਬ ਦੇ ਬੈਜ ਜੱਜ ਪਾਰੀਮੀ ਅਤੇ ਤੇਜ ਆਵਾਮਾ ਚਲਣ ਗਾ ਅੱਜ ਤੋਂ ਕੱਲ੍ਹ ਯਾਨੀ ਕਿ 27 April ਦੇ ਲਈ ਅਲਰਟ ਜਾਰੀ ਕੀਤਾ ਗਿਆ ਬੇਸ਼ੱਕ ਸਵੇਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਧੁੱਪ ਨਿਕਲੀ ਹੋਈ ਆ ਪਰ ਇੱਕਦਮ ਮੌਸਮ ਦਾ ਮિજાਜ ਬਦਲ ਸਕਦਾ ਹੈ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਤੋਂ ਬਾਦਾਂ ਦਿਖਾਈ ਦੇ ਰਿਹਾ ਨੇ 27 April ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਈ ਥਾਵਾਂ ਦੇ ਉੱਤੇ ਪਾਰੀਮੀ ਪੈ ਸਕਦਾ ਹੈ ਤੇ ਨਾਲ ਹੀ ਤੇਜ਼ ਬਾਵਾਮਾ ਚੱਲਣ ਗੰਗਾ ਪੱਛਮੀ ਗੜਬੜੀ ਦਾ ਅਸਰ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਬੈਚਾ ਦੇਖਣ ਨੂੰ ਮਿਲ ਸਕਦਾ ਹੈ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਪਵੇਗੀ ਤੇ ਕਈ ਥਾਵਾਂ ਦੇ ਉੱਤੇ ਤੇਜ਼ ਹਵਾ ਮੀ ਪੈ ਸਕਦਾ ਕਿਸਾਨਾਂ ਨੂੰ ਹਦਾਇਤਾਂ ਦਿੱਤੀ ਗਈ ਹੈ ਕਿ ਸਮੇਂ ਸਿਰ ਫਸਲ ਦੀ ਕਟਾਈ ਕਰ ਲਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਹ ਬਦਲਾ ਪੱਛਮੀ ਗੜਬੜੀ ਦੇ ਸਰਗਰਮਾ ਹੋਣ ਦੇ ਕਾਰਨ ਦੱਸਿਆ ਜਾ ਰਿਹਾ ਹਾਲਾਂਕਿ ਗਰਮੀ ਨੇ 10 ਤੱਕ ਦੇ ਦਿੱਤੇ ਹੈ ਜੇਕਰ ਮੀਂਹ ਪੈਂਦਾ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਤੇਜ਼ ਹਵਾ ਤੋਂ ਆਪਾ ਨਿਕਲਣ ਦੇ ਕਾਰਨ ਤਾਪਮਾਨ ਕਾਫੀ ਵਧਿਆ ਹੈ ਪੰਜਾਬ ਦੇ ਵਿੱਚ ਐਸਾ ਜ਼ਿਲ੍ਹੇ ਵਿੱਚ ਝੁੱਗੀਆਂ ਨੂੰ ਲੱਗੀ ਅੱਗ 35 ਤੋਂ ਲੈ ਕੇ 40 ਝੁੱਗੀਆਂ ਬੁਰੀ ਤਰ੍ਹਾਂ ਸੜ ਕੇ ਸਵੇਰ ਤਨ ਉਸ ਤੋਂ ਪੱਟੀ ਵਿੱਚ ਬੀਤੀ ਰਾਤ ਕਰੀਬ 1:00 ਵਜੇ ਆ ਰੇਲਵੇ ਸਟੇਸ਼ਨ ਦੇ ਨੇੜੇ 35 ਤੋਂ 40 ਝੁੱਗੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਝੁੱਗੀਆਂ ਦੇ ਵਿੱਚ 350 ਦੇ ਕਰੀਬਾ ਬੱਚੇ ਨੌਜਵਾਨ ਔਰਤਾਂ ਤੇ ਬਜ਼ੁਰਗ ਰਹਿ ਰਹੇ ਸਨ ਜਾਣਕਾਰ ਦੰਦੇ ਹੋਏ ਨਿਵਾਸੀ ਰਾਮ ਬਲਾਸਨ ਦੱਸਿਆ ਕਿ ਬੀਤ ਰਾਤ 1 ਵਜੇ ਦੇ ਕਰੀਬ ਝੁੱਗੀਆਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਕਾਰਨ ਸਾਡੇ ਕਰਨ ਵਿੱਚ ਪਿਆ ਸਾਰਾ ਜ਼ਰੂਰੀ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਇੰਨੀ ਭਿਆਨਕ ਸੀ ਕਿ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਬੱਚਿਆਂ ਨੂੰ ਝੁੱਗੀਆਂ ਦੇ ਵਿੱਚੋਂ ਬਾਹਰ ਕੱਢਿਆ ਉਹਨਾਂ ਦੱਸਿਆ ਕਿ ਰੈਕਸ਼ਾ ਸਾਈਕਲ ਬੈੱਡ ਪੈਸੇ ਆਦ ਸਮੇਤ ਘਰ ਦਾ ਸਾਰਾ ਸਮਾਨ ਅੱਗ ਦੇ ਲਪੇਟ ਵਿੱਚ ਆ ਗਿਆ ਇਸ ਮੌਕੇ ਕੈਬਨਟ ਮੰਤਰੀ ਲਾਲਜੀਤ ਸੰਘਾ ਪੁਲਰ ਨੇ ਲਾਲਜੀਤ ਸੰਘਾ ਪੁਲਰ ਦੇ ਭਰਾ ਬਰਿੰਦਰਜੀਤ ਸੰਘਾ ਹੀਰਾ ਨੇ 400 ਲੋਕਾਂ ਨੂੰ ਰਾਸ਼ਨ ਅਤੇ ਖਾਣ ਪੀਣ ਦਾ ਸਮਾਨ ਦੇ ਕੇ ਰਾਹਤ ਪ੍ਰਦਾਨ ਕੀਤੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾ ਵਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਈਬੀਐਮ ਦੇ ਨਾਲ ਛੇੜਛਾੜ ਦੇ ਸ਼ੱਕ ਤੇ ਜਾਂਚ ਕਰਵਾ ਸਕੇਗਾ ਉਮੀਦਵਾਰ ਸੁਪਰੀਮ ਕੋਰਟ ਨੇ ਸ਼ੁਕਰਬਾਨ ਵੋਟਰਾਂ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲਾ ਸਲਿੱਪਾਂ ਨੂੰ ایਬੀਐਮ ਜਾਣੇ ਕਿ ਇਲੈਕਟ੍ਰੋਨਿਕਾ VOTING ਦਾ ਮਸ਼ੀਨ ਦੇ ਰਾਹੀਂ ਪਾਈਆਂ ਵੋਟਾਂ ਦੇ ਨਾਲ ਮਿਲਾਨ ਬਾਰੇ ਪਾਰਟੀਸ਼ਨ ਦੇ ਉੱਤੇ ਆਪਣਾ ਫੈਸਲਾ ਸੁਨਾਇਆ। BB PAT ਮਾਮਲੇ ਦੇ ਉੱਤੇ ਕਈ ਦਿਨਾਂ ਤੋਂ ਸੁਣਵਾਈ ਤੋਂ ਬਾਅਦ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਤ ਮਿਲਿਆ ਲੋਕ ਸਭਾ ਚੋਣਾਂ ਦੇ ਚੱਲ ਰਹੇ। ਦੂਜੇ ਪੜਾਅ ਦੌਰਾਨ ਸੁਪਰੀਮ ਕੋਰਟ ਨੇ BB PAT ਸਲਿੱਪਾਂ ਦੇ ਨਾਲ ایਬੀਐਮ ਦੁਆਰਾ ਪਾਈਆਂ ਗਈਆਂ ਵੋਟਾਂ ਦੇ 100% ਮੇਲ ਦੇ ਮੰਗਾਂ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਜਸਡਾਸ ਸੰਜੀਵਾ ਖੰਨਨ ਕਹਿ ਕੇ ਅਸੀਂ BBPIIT ਦੇ ਨਾਲ ਜੁੜ ਗਿਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। EVM ਦੀ ਜਾਂਚ ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਮੀਰਵਾਰਾਂ ਦੇ ਕੋਲ ਤਕਨੀਕੀ ਟੀਮ ਦੇ ਦੁਆਰਾ EVM ਦੇ ਮਾਈਕਰੋ ਕੰਟਰੋਲਰ ਪ੍ਰੋਗਰਾਮ ਦੀ ਜਾਂਚ ਕਰਵਾਉਣ ਦਾ ਵਿਕਲਪ ਹੋਵੇਗਾ ਅਜਿਹਾ ਚੋਣਾਂ ਦੇ ਐਲਾਨ ਦੇ 7 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਉਮੀਦਵਾਰ ਅਜਿਹਾ ਕਰ ਸਕਣਗੇ ਜਹਟਲ ਸਹ ਸੰਜੀਵਾ ਖੰਨਾ ਨੇ ਚੋਣ ਕਮਿਸ਼ਨ ਨੂੰ ਕਾਗਜ਼ੀ ਪਰਚੀਆਂ ਦੇ ਗਿਣਤੇ ਦੇ ਲਈ ਇਲੈਕਟ੍ਰੋਨਿਕ ਮਸ਼ੀਨਾਂ ਦੇ ਸੁਝਾਤੇ ਗੌਰ ਕਰਨ ਦੇ ਲਈ ਕਿਹਾ ਤੇ ਅਤੇ ਇਹ ਵੀ ਦੇਖਣਾ ਹੋਵੇਗਾ ਕਿ ਕੀ ਚੋਣ ਨਿਸ਼ਾਨ ਦੇ ਨਾਲ ਹਰੇਕ ਪਾਰਟੀ ਦੇ ਲਈ 바ਰ ਕੋਡ ਵੀ ਹੋ ਸਕਦਾ ਹੈ ਅਗਲੀ ਖਬਰ ਟੈਕ ਕਮੇਂਦਰਾ ਦੇ ਵਿੱਚ ਫਰੈਸ਼ਰਾਂ ਦੇ ਲਈ ਨੌਕਰੀ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ ਸ਼ਹੀਰ ਗ੍ਰੈਜੂਏਟਾਂ ਨੂੰ ਦੇਵੇਗੀ ਰੁਜ਼ਗਾਰ ਆਈਟੀ ਸੈਕਟਰ ਦੇ ਕੰਪਨੀ ਟੈਕ ਕਮੇਂਦਰਾ ਫਰੈਸ਼ਰਾਂ ਦੇ ਲਈ ਨੌਕਰੀ ਕਰਨ ਦਾ ਸਨਾਰੀ ਮੌਕਾ ਲੈ ਕੇ ਆ ਰਹੀ ਹੈ ਦਰਸਲ ਇਹ ਕੰਪਨੀ ਬਿੱਤੇ ਸਾਲ 2025 ਦੇ ਵਿੱਚ 6000 ਫਰੈਸ਼ਰਾਂ ਦੀ ਭਰਤੀ ਕਰਨ ਜਾ ਰਹੀ ਹੈ ਤੇ ਇਸ ਦੀ ਜਾਣਕਾਰੀ ਕੰਪਨੀ ਨੇ ਬੋਲ ਅੱਜ 25 ਅਪ੍ਰੈਲ ਨੂੰ ਸ਼ੇਅਰ ਕੀਤੀ ਗਿਆ ਤੇ ਅਜੇ ਸਮੇਂ ਜਦੋਂ ਜ਼ਿਆਦਾਤਰ ਕੰਪਨੀਆਂ ਨੇ ਕਰਮਚਾਰੀਆਂ ਦੀ ਗਿਣਤੀ ਘਟਾ ਦਿੱਤੀ ਅਤੇ ਨਮਾ ਭਾਰਤੀਆਂ ਤੋਂ ਪਰਹੇਜ਼ ਕਰਨਾਂ ਤੇ ਟੈਕਮਿੰਦਰਾ ਨੇ ਭਾਰਤੀ ਕਰਨ ਦਾ ਫੈਸਲਾ ਕੀਤਾ ਹੈ 31 ਮਾਰਚ ਨੂੰ ਖਾਤਮ ਹੋਈ ਚੌਥੀ ਤਿਮਾਈ ਦੇ ਵਿੱਚ ਟੈਕਮਿੰਦਰਾ ਦੇ ਕੁੱਲ ਹੈਡ ਕਾਊਂਟ ਦਾ ਵੇਚਾ 795 ਦੇ ਗ੍ਰਾਵਟਾਈਆ ਤੇ ਦੇ ਨਾਲੇ ਵਿੱਤੀ ਸਾਲ 24 ਦੇ ਵਿੱਚ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 6945 ਦੀ ਕਮੀ ਆਈ ਹੈ ਅਗਲੀ ਖਬਰ ਹੁਣ ਮਹਿੰਗਾ ਹੋਵੇਗਾ ਸਫਰਾ ਬਾਣਾ ਦੇ ਉੱਤੇ ਲੱਗੇਗਾ ਇਹ ਛੋਟਾ ਜਿਹਾ ਡਿਵਾਈਸ ਹੁਣ ਸਾਰੇ ਤੇ ਵਾਹਨ ਚਾਲਕਾਂ ਨੂੰ ਟੋਲ ਅਦਾ ਕਰਨ ਦੇ ਲਈ ਟੋਲ ਪਲਾਜ਼ਾਂ ਤੇ ਰੁਕਣ ਦੀ ਲੋੜ ਨਹੀਂ ਪਵੇਗੀ ਜੀਪੀਐਸ ਆਧਾਰਿਤ ਆਟੋਮੈਟਿਕ ਟੋਲ ਸਿਸਟਮ ਲਾਗੂ ਕੀਤਾ ਜਾ ਰਿਹਾ ਤੇ ਜਸਤ ਹਤ ਬਿਨਾਂ ਰੁਕੇ ਟੋਲ ਕੱਟਿਆ ਜਾਵੇਗਾ ਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਆ ਔਟرائی ਹੋਣਗੇ ਕਿ ਕੀ ਨਵੇਂ ਵਾਹਨਾਂ ਤੇ ਕੋਈ ਡਿਵਾਈਸ ਲਗਾਇਆ ਜਾਵੇਗਾ ਕਿ ਪੁਰਾਣੇ ਵਾਹਨ ਚਾਲਕਾਂ ਨੂੰ ਇਹ ਡਿਵਾਈਸ ਲਗਾਉਣਾ ਪਵੇਗਾ ਇਸ ਨੂੰ ਕੌਣ ਲਗਾਵੇਗਾ ਸਰਕਾਰ ਜਾਂ ਖੋਦਾ ਇਸ ਦੀ ਕੀਮਤ ਤੱਕ ਕਿੰਨੀ ਹੋਵੇਗੀ ਇਹ ਸਭ ਕਾਜਾ ਇਨ੍ਹਾਂ ਸਵਾਲਾਂ ਦੇ ਜਵਾਬ ਬਣਾਦੇ ਢਾਂਚਾ ਮਾਹਰ ਦੇ ਦੁਆਰਾ ਦਿੱਤੇ ਗਏ ਹਨ ਬਣਾਦੇ ਢਾਂਚਾ ਮਾਇਰਾ ਪੈਵਾਵਾ ਡੰਗ ਨੇ ਕਹਿ ਕੇ ਦਿੱਲੀ ਮੁੰਬਈ ਐਕਸਪ੍ਰੈਸ ਰੇਲ ਦੇ ਉੱਤੇ ਆਟੋਮੈਟਿਕ ਟੋਲ ਸਿਸਟਮ ਦਾ ਸਫਲ ਪਾਇਲਟ ਪ੍ਰੋਜੈਕਟ ਕੀਤਾ ਗਿਆ ਤਹਿ ਦੇ ਲਈ ਪੂਰੇ ਨੈਸ਼ਨਲ ਹਾਈਵੇ ਦੀ ਜਿਓ ਫੈਂਸਿੰਗਾ ਕੀਤੀ ਜਾਵੇਗੀ ਤੇ ਇਹਦੇ ਨਾਲ ਹੀ ਬਾਣਾ ਦੇ ਵਿੱਚ ਇੱਕ ਸ਼ੂਟਾ ਆਨ ਬੋਰਡ ਡਿਵਾਈਸ ਲਗਾਇਆ ਜਾਵੇਗਾ ਜਾ ਸਨੋ ਸੈਟਲਾਈਟ ਦੇ ਰਾਹੀਂ ਜੋੜਾ ਜਾਵੇਗਾ ਤੇ ਇਹ ਯੰਤਰ ਨਾਵੇਂ ਵਾਹਨਾਂ ਦੇ ਵਿੱਚ ਲੱਗ ਕੇ ਆ ਸਕਦਾ ਹੈ ਤੇ ਇਸ ਬਾਰੇ ਸਰਕਾਰ ਦੀ ਨੀਤੀ ਤੈ ਹੋਵੇਗੀ ਤੇ ਇਸ ਨੂੰ ਪੁਰਾਣੇ ਵਾਹਨਾਂ ਦੇ ਵਿੱਚ ਲਗਾਉਣਾ ਪੈ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਅੱਧੀ ਕੀਮਤ 300-400 ਰੁਪਏ ਤੋਂ ਬਾਅਦ ਦਾ ਹੁਣ ਦੀ ਸੰਭਾਵਨਾ ਨਹੀਂ ਹੈ ਤੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਫਾਸਟੈਗ ਦੀ ਤਰ੍ਹਾਂ ਐਸਾ ਆਨ ਬੋਰਡ ਡੈਵਾਈਸ ਨੂੰ ਵੀ ਮਾਫਤਾ ਪ੍ਰਦਾਨ ਕਰ ਸਕਦੀ ਹੈ ਕਿਉਂਕਿ ਡਿਵਾਈਸ ਲਗਾਉਣ ਤੋਂ ਬਾਅਦ ਤਿੰਨ ਸਾਲਾਂ ਵਿੱਚ ਟੋਲਾ ਟੈਕਸ ਦੀ ਵਸੂਲੀ ਦੁੱਗਣੀ ਹੋ ਸਕਦੀ ਹੈ ਚੋਣ ਪ੍ਰਚਾਰ ਤੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ ਭਾਰਤ ਵਿੱਚ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਸੰਜਗਤਾਂ ਕਿਸਾਨ ਮੋਰਚਾ ਗੈਰਾਈ ਨੇ ਤੱਕ ਭਾਰਤ ਅਤੇ ਕਿਸਾਨ ਮਜ਼ਦੂਰਾਂ ਮੋਰਚਾ ਦੇ ਅਗਵਾਈ ਦੇ ਹੇਠ 13 ਫਰਵਰੀ ਤੋਂ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਲੱਗੇ ਮੋਰਚਾਂ ਵਿੱਚ ਆਪਣੀਆਂ ਜਾਇਜ਼ਾ ਮੰਗਾਂ ਮੰਨਵਾਉਣ ਦੇ ਲਈ ਅਤੇ ਦਿੱਲੀ ਨੂੰ ਕੂਚ ਕਰਨ ਦੇ ਲਈ ਕਿਸਾਨ ਤੇ ਨੌਜਵਾਨ ਡਟੇ ਹੋਏ ਨੇ ਤੇ ਇਨਾ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸੰਘਾ ਚੱਠਾ ਨੇ ਗੱਲਬਾਤ ਕਰਦਿਆਂ ਕੀਤਾ ਕਿ ਕਿਸਾਨਾਂ ਨੂੰ ਰਣ ਸੰਘਾ ਚੱਠਾ ਨੇ ਕਹਿ ਕੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਕਹਿਣ ਤੇ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਨਾਲ ਹੀ ਤਸ਼ੱਦਦ ਵੀ ਕੀਤਾ ਗਿਆ ਚੱਠਾ ਨੇ ਕਹਿ ਕੇ ਬਾਈਪਾਸ ਸਾਡੇ 9 ਬੰਨਾਂ ਦੇ ਕਾਤਲ ਹੈ ਜੇਕਰ ਉਹਨਾਂ ਦਾ ਕੋਈ ਵੀ ਆਗੂ ਸਾਡੇ ਪਿੰਡ ਦੇ ਵਿੱਚ ਆ ਵੋਟਾਂ ਮੰਗਣ ਦੇ ਲਈ ਆਇਆ ਤਾਂ ਉਹ ਖੋਦ ਦਾ ਜ਼ਿੰਮੇਵਾਰ ਹੋਵੇਗਾ ਕਿਸਾਨ ਆਗੂ ਅਚਟ ਨੇ ਕਹਿ ਕੇ ਮੋਦੀ ਸਰਕਾਰ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਹੈ ਤੇ ਹੁਣ ਅਸੀਂ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਵਾਂਗੇ ਕਿਸਾਨ ਆਗੂ ਰਣ ਸੰਗਾ ਚਟਣ ਕਹਿ ਕੇ ਪੰਜਾਬ ਦੀ ਮੌਜੂਦਾ ਭਗਵਾਨਤਮਾਨ ਸਰਕਾਰ ਅਤੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬ ਦੀ ਜਨਤਾ ਦੇ ਨਾਲ ਆਪੋ ਆਪਣੇ ਕਾਰਜਕਾਲ ਦੇ ਦੌਰਾਨ ਵੱਡਾ ਧੋਖਾ ਕੀਤਾ ਹੈ। ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਲੇ ਪੀਐਸਪੀਸੀਐਲ ਨੇ 90 ਕਰੋੜ ਤੋਂ ਵੱਧ ਕਮਾਏ। ਪੰਜਾਬ ਦੇ ਵਿੱਚ ਬਿਜਲੀ ਦੇ ਲਾਗਦੇ ਕਟਾਂ ਦੇ باوجود ਦਾ ਮਾਨ ਸਰਕਾਰ ਦਾਵਾ ਕਰਿਆ ਕਿ ਉਹਨਾਂ ਤੋਂ ਬਾਧੂ ਦੀ ਬਿਜਲੀ ਅਤੇ ਉਹਨਾਂ ਦਾ ਬਿਜਲੀ ਵਿਭਾਗ ਪੀਐਸਪੀਸੀਐਲ ਮੁੰਬਈ ਨੂੰ ਬਿਜਲੀ ਵੇਚ ਰਿਹਾ ਤੇ ਇਹ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਵਿੱਚ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਹਿਲਾਂ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ ਉਸ ਵਿੱਚ ਵੀ ਆਜਾਦਾ ਸਮਾਂ ਬਿਜਲੀ ਕੱਟ ਲੱਗਦੇ ਸੀ ਕਿਉਂਕਿ ਸਾਡੇ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਸੀ ਜਦੋਂ ਸਾਡੀ ਸਰਕਾਰ ਬਣੀ ਤਾਂ ਮੈਂ ਅਧਿਕਾਰੀਆਂ ਦੇ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਰ ਵਿਗਨ ਬਿਲੇ ਦੀ ਸਪਲਾਈ ਦੇਣ ਦਾ ਵਾਅਦਾ ਕੀਤਾ ਤੇ ਉਹ ਵੀ ਦਿਨ ਦੇ ਸਮੇਂ ਦੇ ਬਾਅਦ ਤਾਂ ਜੋ ਉਹ ਬਿਨਾ ਕਿਸੇ ਪਰੇਸ਼ਾਨੀ ਦੇ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕਣ। ਅਗਲੀ ਖਬਰ ਹੁਣ ਵੀ ਇਹ ਹੋਵੇਗੀ 4 ਸਾਲ ਦੀ ਅਤੇ ਐਮਏ 1 ਸਾਲ ਦੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂਾਂ ਦੇ ਲਈ ਵੱਡਾ ਐਲਾਨ। ਪੰਜਾਬ ਯੂਨੀਵਰਸਿਟੀ ਪੀਯੂਯੂ ਦੇ ਨਾਲ ਸਬੰਧਤ ਤਕਰੀਬਨ 201 ਕਾਲਜਾਂ ਵਿੱਚ ਨੈਸ਼ਨਲ ਵਿਦਿਆਕ ਨੀਤੀ ਨੈਸ਼ਨਲ এডਿਕੇਸ਼ਨ ਆ ਪਾਲਿਸੀ ਤਹਿਤ ਪੜਾਈ ਹੋਵੇਗੀ ਸਾਰੇ ਕਾਲਜਾਂ ਦੇ ਬੈਚ ਜਾਂ ਗ੍ਰੈਜੂਏਸ਼ਨ ਬੈਚਾਂ ਚ 4 ਸਾਲ ਲੱਗਣਗੇ ਜਾਂ ਕੇ ਐਮਏ ਦੇ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਪਵੇਗੀ ਐਨ ਈ ਪੀ ਨੈਸ਼ਨਲ এডਿਕੇਸ਼ਨ ਪਾਲਿਸੀ ਦੇ ਤਹਿਤ ਉਦਾਰਤੇ ਮਲਟੀਪਲ ਐਗਜ਼ਾਟਾ ਤੇ ਐਂਟਰੀnga ਕਰ ਸਕਦੇ ਹਾਂ ਤੇ 7 ਸਾਲਾਂ ਦੇ ਬੈਚ ਦਾ ਕੋਰਸ ਪੂਰਾ ਕਰ ਸਕਦੇ ਹਾਂ ਤੇ ਇਹਦੇ ਲਈ ਸਾਰੇ ਕਾਲਜਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਇੰਡੀਆ ਗਾੜ ਜੋੜਾ ਸੱਤਾ ਦੇ ਵਿੱਚ ਆਇਆ ਤਾਂ ਕਰੋੜਾਂ ਲੋਕ ਲੱਖਪਤੀ ਬਣਨਗੇ ਰਾਹੁਲ ਗਾਂਧੀ ਕਾਂਗਰਸ ਆਗੂ ਨੇ ਵੱਧ ਵਾਰ ਨੂੰ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 10 ਸਾਲਾਂ ਦੇ ਸ਼ਾਸਨ ਕਾਲ ਦੇ ਵਿੱਚ 16 ਲੱਖ ਕਰੋੜਾ ਰੁਪਏ ਦੇ ਕਰਜ਼ਾ ਮਾਫੀ ਦੇ ਨਾਲ ਸਿਰਫ 22 ਤੋਂ 25 ਲੋਕ ਅਰਪਤੀ ਬਣਿਆ ਹਨ ਪਰ ਜੇਕਰ ਇੰਡੀਆ ਗਾੜ ਜੋੜ ਦੀ ਸਰਕਾਰ ਬਣਦੀ ਆ ਤਾਂ ਇਹ ਕਰੋੜਾਂ ਲੋਕਾਂ ਨੂੰ ਕਰੋੜਪਤੀ ਬਣਾ ਦੇਵੇਗੀ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਹਿ ਕੇ ਦੁਨੀਆਂ ਦੇ ਕੋਈ ਵੀ ਤਾਕਤ ਭਾਰਤ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦੀ। ਉਹਨਾਂ ਨੇ ਕਹਿ ਕੇ ਜੇਕਰ ਇੰਡੀਆ ਗਾੜ ਜੁੜਾ ਸੱਤਰ ਬੈਚ ਆਉਂਦਾ ਹੈ ਤਾਂ ਜਾਤ ਆਧਾਰਿਤ ਮਰਦਮਸ਼ੁਮਾਰੀ ਅਤੇ ਆਰਥਿਕ ਸਰਵੇਖਣਾਂ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਤੇ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਕਰਦਿਆਂ ਕਾਂਗਰਸ ਨੇਤਾ ਨੇ ਕਹਿ ਕੇ ਉਹਨਾਂ ਨੇ ਸਿਰਫ ਆਪਣੇ 22 ਅਧਿయోగਪਤੀ ਦੋਸਤਾਂ ਦੇ ਮਾਦਾਤਾ ਕੀਤਾ ਤੇ ਉਹਨਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ। ਅਗਲੀ ਖਬਰ ਜੇ ਲੋਕਾਂ ਨੇ ਚਾਹਤਾ ਚੋਣਾਂ ਲੜਾਂਗਾ ਅਮਰਤਪਾਲ ਸਿੰਘਾ ਅਡਵੁਰਗੜ ਜ਼ਿਲ੍ਹੇ ਦੇ ਬੱਚਾ ਬੰਦਾ ਭਾਈ ਅਮਰਤਪਾਲ ਸਿੰਘ ਨੇ ਕਹਿ ਕੇ ਜੇਕਰ ਲੋਕਾਂ ਨੇ ਚਾਹਤਾ ਉਹ ਜ਼ਰੂਰ ਖੰਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣਾਂ ਲੜਨਗੇ। ਇਹ ਪ੍ਰਗਟਾਵਾ ਉਹਨਾਂ ਦੇ ਪਿਤਾ ਤਰਸੀਮ ਸਿੰਘ ਅਤੇ ਚਾਚਾ ਸੋ ਕਚੈਨ ਸਿੰਘ ਨੇ ਅਮਰਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਆ ਮੁਲਾਕਾਤ ਕਰਨ ਤੋਂ ਬਾਅਦ ਕੀਤਾ ਉਹਨਾਂ ਦੱਸਿਆ ਕਿ ਅਮਰਤਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਦਾ ਸੈਸਤ ਵਿੱਚ ਆਉਣ ਦਾ ਹਲੇ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਹਲਕੇ ਦੀਆਂ ਸੰਗਤਾਂ ਜ਼ਿਆਦਾ ਜ਼ੋਰ ਆ ਪਉਣੀਆਂ ਤਾਂ ਐਸ ਸਬੰਧ ਦੇ ਆਉਂਦੇ ਦਿਨਾਂ ਦੇ ਵਿੱਚ ਚੋਣਾਂ ਲੜਨ ਜਾਂ ਨਾ ਲੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਮਾਮਲੇ ਤੇ ਵਿਚਾਰ ਕਰਨ ਦੇ ਲਈ ਅਮਰਤਪਾਲ ਸਿੰਘ ਨੇ ਇੱਕ ਹਫ਼ਤੇ ਤੱਕ ਦਾ ਸਮਾਂ ਮੰਗਿਆ ਦੂਮਣ ਦੱਸਿਆ ਕਿ ਅੱਜ ਮੁਲਾਕਾਤ ਦੇ ਲਈ ਬਹੁਤ ਘਾਟਾ ਸਮਾਂ ਮਿਲਿਆ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਕੱਲ ਦੁਬਾਰਾ ਮੁਲਾਕਾਤ ਦੇ ਲਈ ਸਮਾਂ ਮੰਗਿਆ ਜਾਵੇਗਾ